ਸਤਿ ਸ਼੍ਰੀ ਅਕਾਲ, ਤੁਸੀਂ PNCN ਦੇਖ ਰਹੇ ਹੋ। ਇਸ ਸਮੇਂ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕਈ ਖਬਰਾਂ ਦੱਸਾਂਗੇ, ਪਰ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਘਰ ਦੀ ਬੇਸਮੈਂਟ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਹੋਇਆ 5 ਮਹੀਨੇ ਦਾ ਬੱਚਾ, ਦੱਸਾਂਗੇ ਕਿਵੇਂ ਇੱਕ ਨੇ ਸਾਰੇ ਪਰਿਵਾਰ ਨੂੰ ਮਾਰ ਕੇ ਆਪ ਕੀਤੀ ਖੁਦਕੁਸ਼ੀ। ਐਲਬਰਟਾ ਵਿੱਚ NDP ਪਾਰਟੀ ਦੀ ਪ੍ਰਧਾਨਗੀ ਲਈ ਭਾਰਤੀ ਮੂਲ ਦੀ ਵਿਧਾਇਕਾ ਰਾਖੀ ਪੰਚੋਲੀ ਵੀ ਆਈ ਮੈਦਾਨ 'ਚ, ਦੱਸਾਂਗੇ ਕੀ ਐਲਾਨ ਕਰਦੇ ਹੋਏ ਮੰਗਿਆ ਸਹਿਯੋਗ। ਓਂਟੇਰੀਓ ਦੇ ਇੱਕ ਸ਼ਹਿਰ ਨੇ ਅੱਜ ਕਿਉਂ ਕੀਤਾ ਐਮਰਜੈਂਸੀ ਦਾ ਐਲਾਨ, ਇਸ ਦੇ ਬਾਰੇ ਵੀ ਖਬਰਾਂ ਵਿੱਚ ਦੇਵਾਂਗੇ ਜਾਣਕਾਰੀ। ਕਈ ਦਿਨ ਤੋਂ ਘਰਾਂ ਵਿੱਚ ਫਸੇ ਹੋਏ ਨੇ ਲੋਕ, ਜਾਣੋ ਨਵਾਂ ਸਕੋਸ਼ੀਆ ਸਰਕਾਰ ਨੇ ਕੀ ਕਿਹਾ। ਮੋਂਟਰੀਅਲ ਵਿੱਚ ਕਿਵੇਂ ਇੱਕ ਆਰਟ ਟੀਚਰ ਨੇ ਬੱਚਿਆਂ ਨਾਲ ਕੀਤਾ ਧੋਖਾ, ਮਾਪਿਆਂ ਦੀ ਸ਼ਿਕਾਇਤ, ਭਖਿਆ ਮੁੱਦਾ। ਗੱਡੀਆਂ ਚੋਰੀ ਹੋਣ ਦੇ ਮਾਮਲਿਆਂ ਉੱਤੇ ਅੱਜ ਜਾਣੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਕਰ ਦਿੱਤਾ ਐਲਾਨ। ਵੈਨਕੂਵਰ ਵਿੱਚ ਚੂਹਿਆਂ ਦੀ ਵੱਧ ਰਹੀ ਆਬਾਦੀ ਬਣੀ ਸਿਰਦਰਦ, ਖਬਰਾਂ ਵਿੱਚ ਦੱਸਾਂਗੇ ਇੱਕਦਮ ਕਿਉਂ ਸੜਕਾਂ ਤੇ ਸਕਾਈ ਟ੍ਰੇਨ ਸਟੇਸ਼ਨਸ ਦੇ ਉੱਤੇ ਘੁੰਮਦੇ ਦਿਖਾਈ ਦੇਣ ਲੱਗ ਪਏ ਨੇ ਚੂਹੇ ਹੀ ਚੂਹੇ। ਇਸ ਨਾਲ ਹੀ ਹੁਣ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। 5 ਮਹੀਨੇ ਦਾ ਬੱਚਾ ਤੇ ਆਪਣੇ ਜੀਵਨ ਸਾਥੀ ਦਾ ਕਤਲ ਕਰਕੇ ਆਪ ਖੁਦਕੁਸ਼ੀ ਕਰ ਲਈ। ਰਿਚਮੰਡ ਹਿੱਲ ਖੇਤਰ ਵਿੱਚ ਇੱਕ ਘਰ ਦੀ ਬੇਸਮੈਂਟ ਦੇ ਵਿੱਚ ਜੋੜਾ ਰਹਿ ਰਿਹਾ ਸੀ ਆਪਣੇ 5 ਮਹੀਨੇ ਦੇ ਬੱਚੇ ਦੇ ਨਾਲ। ਘਰੇਲੂ ਹਿੰਸਾ ਨੇ ਇੰਨਾ ਖਤਰਨਾਕ ਰੂਪ ਧਾਰ ਲਿਆ ਕਿ ਪੁਲਿਸ ਨੂੰ ਘਰ ਦੀ ਬੇਸਮੈਂਟ ਦੇ ਵਿੱਚੋਂ 3 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ 5 ਮਹੀਨੇ ਦਾ ਬੱਚਾ ਸੀ। ਫਰਵਰੀ 1 ਦੇ ਦਿਨ ਪੁਲਿਸ ਨੂੰ ਸ਼ਾਮ ਦੇ 4:15 ਦੇ ਨੇੜੇ ਬੁਲਾਇਆ ਗਿਆ ਕਿ ਕਿਸੇ ਨੇ ਪੁਲਿਸ ਨੂੰ ਪਰਿਵਾਰ ਦੀ ਸੁੱਖ ਸਾਂਦ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਪੁੱਛਿਆ ਸੀ, ਤੇ ਜਦੋਂ ਪੁਲਿਸ ਵਾਲੇ ਘਰ ਦੀ ਬੇਸਮੈਂਟ ਦੇ ਵਿੱਚ ਪਰਿਵਾਰ ਨੂੰ ਦੇਖਣ ਲਈ ਪਹੁੰਚੇ ਤਾਂ ਉੱਥੇ ਉਹਨਾਂ ਨੂੰ 3 ਲਾਸ਼ਾਂ ਮਿਲੀਆਂ। ਤੁਰੰਤ ਹੋਮਿਸਾਈਡ ਟੀਮ ਨੂੰ ਬੁਲਾਇਆ ਗਿਆ ਤੇ ਮਿੰਟਾਂ ਵਿੱਚ ਘਰ ਦੇ ਚੁਫੇਰੇ ਪੁਲਿਸ ਟੇਪ ਲਾ ਦਿੱਤੀ ਗਈ ਤੇ ਆਲੇ ਦੁਆਲੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਘਰ ਦੇ ਮਾਲਕ ਉੱਪਰ ਰਹਿੰਦੇ ਨੇ, ਜਿਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ। 41 ਸਾਲ ਦਾ ਵਿਅਕਤੀ, ਉਸਦੀ 36 ਸਾਲ ਦੀ ਪਤਨੀ ਤੇ ਉਹਨਾਂ ਦਾ ਬੱਚਾ ਘਰ ਦੀ ਬੇਸਮੈਂਟ ਦੇ ਵਿੱਚ ਕਿਰਾਏ ਤੇ ਰਹਿ ਰਹੇ ਸਨ, ਜੋ ਕਰੀਬ 1 ਸਾਲ ਤੋਂ ਉੱਥੇ ਹੀ ਰਹਿ ਰਹੇ ਸੀ, ਯਾਨੀ ਕਿ ਇਸੇ ਬੇਸਮੈਂਟ ਦੇ ਵਿੱਚ ਸਨ ਜਦੋਂ 5 ਮਹੀਨੇ ਪਹਿਲਾਂ ਬੱਚੇ ਨੇ ਜਨਮ ਲਿਆ। ਪਰ ਘਰੇਲੂ ਕਲੇਸ਼ ਨੇ ਇੰਨਾ ਖਤਰਨਾਕ ਰੂਪ ਧਾਰ ਲਿਆ ਕਿ ਇੱਕ ਜਣੇ ਨੇ ਬੱਚੇ ਸਮੇਤ ਆਪਣੇ ਜੀਵਨ ਸਾਥੀ ਦੀ ਜਾਨ ਹੀ ਲੈ ਲਈ ਤੇ ਫਿਰ ਆਪਣੀ। ਆਲੇ ਦੁਆਲੇ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਦੋਵੇਂ ਜਣੇ ਕਾਫੀ ਪਿਆਰ ਦੇ ਨਾਲ ਰਹਿੰਦੇ ਸਨ ਤੇ ਉਹਨਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਕੁਝ ਅਜਿਹਾ ਵਾਪਰ ਗਿਆ। ਪੁਲਿਸ ਨੇ ਕਿਹਾ ਕਿ ਪਰਿਵਾਰ ਦੇ ਹੋਰ ਮੈਂਬਰਾਂ ਨੇ ਮ੍ਰਿਤਕਾਂ ਦੀ ਪਛਾਣ ਨੂੰ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਘਰੇਲੂ ਕਲੇਸ਼ ਤੇ ਹਿੰਸਾ ਦੇ ਮਾਮਲਿਆਂ ਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਕਿਉਂਕਿ ਜੋ ਅਜਿਹੇ ਮਾਮਲਿਆਂ ਵਿੱਚ ਛੋਟੇ ਬੱਚਿਆਂ ਦੀ ਜ਼ਿੰਦਗੀ ਦਾਅ ਤੇ ਲੱਗ ਜਾਂਦੀ ਹੈ, ਜਿਨ੍ਹਾਂ ਨੇ ਅਜੇ ਜ਼ਿੰਦਗੀ ਦਾ ਕਾਇਦਾ ਪੜ੍ਹਨਾ ਸ਼ੁਰੂ ਤੱਕ ਨਹੀਂ ਕੀਤਾ ਹੁੰਦਾ। ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਐਲਬਰਟਾ NDP ਦੀ ਪ੍ਰਧਾਨਗੀ ਦੇ ਲਈ ਵਿਧਾਇਕਾ ਰਾਖੀ ਪੰਚੋਲੀ ਨੇ ਵੀ ਮੈਦਾਨ ਦੇ ਵਿੱਚ ਆਉਣ ਦਾ ਐਲਾਨ ਕਰ ਦਿੱਤਾ। 2019 ਦੀਆਂ ਐਲਬਰਟਾ ਵਿੱਚ ਸੂਬਾਈ ਚੋਣਾਂ ਦੌਰਾਨ ਰਾਖੀ ਪੰਚੋਲੀ ਵਿਧਾਇਕਾ ਬਣੇ ਸਨ, ਜਿਨ੍ਹਾਂ ਦੇ ਨਾਲ ਰੇਚਲ ਨੋਟਲੀ ਦੀ ਥਾਂ ਦੇ ਉੱਤੇ। ਐਲਬਰਟਾ ਵਿੱਚ NDP ਦੀ ਪ੍ਰਧਾਨਗੀ ਦੇ ਵਾਸਤੇ ਕੈਲਗਰੀ ਮਾਊਂਟਨ ਵਿਊ ਤੋਂ ਵਿਧਾਇਕਾ ਕੈਥਲੀਨ ਤੇ ਐਡਮੰਟਨ ਗਲੈਨੋਰਾ ਤੋਂ ਵਿਧਾਇਕਾ ਸਾਰਾ ਹੌਫਮੈਨ ਵੀ ਮੈਦਾਨ ਦੇ ਵਿੱਚ ਨੇ। ਰਾਖੀ ਪੰਚੋਲੀ ਨੇ ਆਪਣੀ ਮੁਹਿੰਮ ਵੀਰਵਾਰ ਦੀ ਸਵੇਰ ਨੂੰ ਸ਼ੁਰੂ ਕੀਤੀ, ਜਿਨ੍ਹਾਂ ਨੇ ਆਪਣੇ ਬਾਰੇ ਜਾਣਕਾਰੀ ਦੱਸਦੇ ਹੋਏ ਇੱਕ ਵੀਡੀਓ ਰਾਹੀਂ ਸੰਦੇਸ਼ ਦਿੱਤਾ, ਜਿਨ੍ਹਾਂ ਕਿਹਾ ਕਿ ਉਹਨਾਂ ਦੇ ਮਾਪੇ ਐਲਬਰਟਾ ਵਿੱਚ ਉਸ ਸਮੇਂ ਆਏ ਸਨ ਜਦੋਂ ਉਹ 4 ਸਾਲ ਦੀ ਸੀ। ਜਿਨ੍ਹਾਂ ਕਿਹਾ ਕਿ ਉਹਨਾਂ ਦੇ ਮਾਪਿਆਂ ਨੇ ਐਲਬਰਟਾ ਸੂਬੇ ਨੂੰ ਮੌਕਿਆਂ ਦੀ ਧਰਤੀ ਵਜੋਂ ਦੇਖਿਆ, ਜਿੱਥੇ ਮਿਡਲ ਕਲਾਸ ਨੌਕਰੀ ਕਰਕੇ ਵੀ ਘਰ ਲਿਆ ਜਾ ਸਕਦਾ ਹੈ। ਜਿਨ੍ਹਾਂ ਕਿਹਾ ਕਿ ਐਲਬਰਟਾ ਅਜਿਹੀ ਧਰਤੀ ਹੈ ਜਿੱਥੇ ਕੁਝ ਵੀ ਸੰਭਵ ਹੈ, ਤੇ ਇਹੀ ਉਹ ਆਪਣੇ ਬੱਚਿਆਂ ਨੂੰ ਸਿਖਾ ਰਹੇ ਨੇ, ਜਿਨ੍ਹਾਂ ਐਲਬਰਟਾ ਦੇ ਲਈ ਕਈ ਗੱਲਾਂ ਕਹਿੰਦੇ ਹੋਏ ਖੁਦ ਵਾਸਤੇ ਸਹਿਯੋਗ ਮੰਗਿਆ। ਐਲਬਰਟਾ ਵਿੱਚ NDP ਪਾਰਟੀ ਦਾ ਅਗਲਾ ਪ੍ਰਧਾਨ, ਯਾਨੀ ਕਿ NDP ਪਾਰਟੀ ਦੇ ਵੱਲੋਂ ਅਗਲਾ ਮੁੱਖ ਮੰਤਰੀ ਦੀ ਸੀਟ ਦੇ ਲਈ ਦਾਅਵੇਦਾਰ 22 ਜੂਨ ਨੂੰ ਚੁਣਿਆ ਜਾਣਾ ਹੈ। ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਸਕੂਲ ਦੀ ਆਰਟ ਕਲਾਸ ਦੇ ਵਿੱਚ ਬੱਚਿਆਂ ਨੇ ਜੋ ਡਰਾਇੰਗਸ ਬਣਾਈਆਂ, ਉਹ ਸਕੂਲ ਦੇ ਆਰਟ ਟੀਚਰ ਨੇ ਵੇਚਣ ਨੂੰ ਲਾ ਦਿੱਤੀਆਂ, ਤੇ ਜਿਸ ਤੋਂ ਬੱਚਿਆਂ ਜਾਂ ਮਾਪਿਆਂ ਨੂੰ ਦੱਸੇ ਬਗੈਰ ਕਮਾਈ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂ ਜੋ ਉਹਨਾਂ ਦੇ ਬੱਚਿਆਂ ਦੀਆਂ ਬਣਾਈਆਂ ਹੋਈਆਂ ਡਰਾਇੰਗਸ ਨੂੰ ਆਨਲਾਈਨ ਕਈ ਵੈਬਸਾਈਟਸ ਦੇ ਉੱਤੇ $151 ਪ੍ਰਤੀ ਜੋ ਡਰਾਇੰਗ ਹੈ ਉਸ ਹਿਸਾਬ ਨਾਲ ਵੀ ਵੇਚਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਉਹਨਾਂ ਡਰਾਇੰਗਸ ਨੂੰ ਹੋਰ ਚੀਜ਼ਾਂ ਦੇ ਉੱਤੇ ਛਾਪ ਕੇ ਵੀ ਵੇਚਿਆ ਜਾ ਰਿਹਾ ਹੈ, ਜਿਵੇਂ ਕੌਫੀ ਮੱਗ, ਟੀ-ਸ਼ਰਟਸ ਅਤੇ ਆਈਫੋਨ ਕੇਸ ਵੀ ਵੇਚੇ ਜਾ ਰਹੇ ਨੇ। ਮੋਂਟਰੀਅਲ ਖੇਤਰ ਵਿੱਚ ਵੈਸਟਵੁੱਡ ਜੂਨੀਅਰ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਅਜਿਹਾ ਹੋਇਆ, ਜਿਨ੍ਹਾਂ ਦੇ ਬਾਰੇ ਮਾਪਿਆਂ ਨੇ ਵਿਰੋਧ ਕੀਤਾ ਹੈ ਅਤੇ ਸਕੂਲ ਨੂੰ ਜਾਂਚ ਖੋਲ੍ਹਣ ਦੇ ਲਈ ਕਿਹਾ ਹੈ। ਮਾਪਿਆਂ ਨੇ ਅਧਿਆਪਕ ਦਾ ਨਾਮ ਮਾਰੀਓ ਪੈਰਨ ਦੱਸਿਆ, ਜਿਸ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਸ਼ਾਇਦ ਉਹ ਆਪਣੇ ਵਿਦਿਆਰਥੀਆਂ ਨੂੰ ਕੁਝ ਅਜਿਹੇ ਹੀ ਪ੍ਰੋਜੈਕਟ ਬਣਾਉਣ ਦੇ ਲਈ ਕਹਿੰਦਾ ਹੈ, ਜਿਨ੍ਹਾਂ ਨੂੰ ਉਹ ਆਨਲਾਈਨ ਵੇਚ ਸਕੇ ਅਤੇ ਮੁਨਾਫਾ ਕਮਾ ਸਕੇ, ਜੋ ਬੱਚਿਆਂ ਤੋਂ ਆਪਣੀ ਮਾਰਕੀਟ ਮੁਤਾਬਕ ਆਰਟ ਕਰਵਾਉਂਦਾ ਹੈ, ਇਹ ਵੀ ਹੋ ਸਕਦਾ ਹੈ। ਮਾਪਿਆਂ ਨੇ ਕਿਹਾ ਕਿ ਉਹਨਾਂ ਦੇ ਬੱਚਿਆਂ ਨੂੰ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਉਹਨਾਂ ਦੇ ਨਾਲ ਧੋਖਾ ਹੋਇਆ।
ਜਿਨ੍ਹਾਂ ਦਾ ਸਕੂਲ ਦੇ ਵਿੱਚੋਂ ਵਿਸ਼ਵਾਸ ਹਿੱਲ ਗਿਆ। ਲੈਸਟਰ ਬੀ ਪੀਅਰਸਨ ਸਕੂਲ ਬੋਰਡ ਦੇ ਅਧੀਨ ਇਹ ਸਕੂਲ ਹੈ। ਬੋਰਡ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਦੇ ਬਾਰੇ ਪਤਾ ਲੱਗ ਗਿਆ ਅਤੇ ਉਹ ਕਾਫ਼ੀ ਗੰਭੀਰਤਾ ਦੇ ਨਾਲ ਇਸ ਨੂੰ ਲੈ ਰਹੇ ਨੇ ਅਤੇ ਇਸ ਦੇ ਉੱਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਹੁਣ ਅਗਲੀ ਖਬਰ ਹੈ ਕਿ ਜੋ ਇੱਕ ਸੰਮੇਲਨ ਕਰਵਾਇਆ ਗਿਆ ਅਤੇ ਉਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅੱਜ ਪ੍ਰੈਸ ਵਾਰਤਾ ਕੀਤੀ ਅਤੇ ਗੱਡੀਆਂ ਚੋਰੀ ਹੋਣ ਦੇ ਮਾਮਲਿਆਂ ਦੇ ਵਿੱਚ ਸਖ਼ਤੀ ਦੇ ਬਾਰੇ ਕਿਹਾ, ਜਿਨ੍ਹਾਂ ਕਿਹਾ ਕਿ ਗੱਡੀਆਂ ਚੋਰੀ ਕਰਨ ਵਾਲਿਆਂ ਦੇ ਲਈ ਸਖ਼ਤ ਸਜ਼ਾ ਦੇ ਉੱਤੇ ਉਹਨਾਂ ਦੀ ਸਰਕਾਰ ਵਿਚਾਰ ਕਰ ਰਹੀ ਹੈ, ਕਿਉਂ ਜੋ ਪੁਲਿਸ ਮੁਤਾਬਕ ਕਈ ਚੋਰੀ ਦੇ ਮਾਮਲਿਆਂ ਨੇ ਹਿੰਸਕ ਰੂਪ ਵੀ ਧਾਰਿਆ ਅਤੇ ਮੌਤਾਂ ਵੀ ਹੋਈਆਂ ਨੇ। ਇਸ ਮੁੱਦੇ ਦੇ ਉੱਤੇ ਲਗਾਤਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਸੀ। ਪਾਰਲੀਮੈਂਟ ਦੇ ਵਿੱਚ ਵੀ ਸਖ਼ਤੀ ਦੇ ਨਾਲ ਵਿਰੋਧੀ ਧਿਰ ਦੇ ਸਵਾਲ ਲਗਾਤਾਰ ਸਾਹਮਣੇ ਆਉਂਦੇ ਰਹੇ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਚੋਰੀ ਹੋਈਆਂ ਗੱਡੀਆਂ ਦੀ ਵਿਦੇਸ਼ੀ ਮਾਰਕੀਟ ਹੋਰ ਵੱਧਦੀ ਜਾ ਰਹੀ ਹੈ। ਓਂਟੇਰੀਓ ਪੁਲਿਸ ਚੀਫ਼ ਦਾ ਕਹਿਣਾ ਹੈ ਕਿ ਟੋਰਾਂਟੋ ਖੇਤਰ ਵਿੱਚ ਗੱਡੀਆਂ ਚੋਰੀ ਹੋਣ ਦੌਰਾਨ ਹਿੰਸਕ ਵਾਰਦਾਤਾਂ 206% ਤੱਕ ਵਧੀਆਂ ਨੇ। ਇਸੇ ਮੁੱਦੇ ਦੇ ਉੱਤੇ ਜੋ ਵੀਰਵਾਰ ਨੂੰ ਸੰਮੇਲਨ ਕਰਵਾਇਆ ਗਿਆ ਉਸ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੀ ਸਰਕਾਰ ਨੇ $28 million ਦਾ ਨਿਵੇਸ਼ ਹੋਰ ਕੀਤਾ ਜਾਵੇਗਾ ਇਹ ਐਲਾਨ ਵੀ ਕੀਤਾ, ਤਾਂ ਕਿ ਚੋਰੀ ਦੀਆਂ ਗੱਡੀਆਂ ਨੂੰ ਜੋ ਵਿਦੇਸ਼ ਵੀ ਭੇਜਿਆ ਜਾਂਦਾ ਉਸ 'ਤੇ ਰੋਕ ਲਾਈ ਜਾ ਸਕੇ ਅਤੇ ਉਹਨਾਂ ਨੂੰ ਬਰਾਮਦ ਕੀਤਾ ਜਾ ਸਕੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਲਗਾਤਾਰ ਇਲਜ਼ਾਮ ਲਾਉਂਦੇ ਆਏ ਨੇ ਕਿ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਅਧੀਨ ਗੱਡੀਆਂ ਦੀ ਚੋਰੀ ਦੇ ਮਾਮਲੇ ਵਧੇ ਨੇ ਅਤੇ ਹਿੰਸਾ ਦੇ ਵਿੱਚ ਵਾਧਾ ਹੋਇਆ, ਜਿਸ ਉੱਤੇ ਤੰਜ ਕੱਸਦੇ ਹੋਏ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਆਕਰਸ਼ਿਤ ਕਰਨ ਵਾਲੇ ਸਲੋਗਨ ਜਾਂ ਵੀਡੀਓਜ਼ ਪਾਉਣ ਦੇ ਨਾਲ ਇਸ ਮਸਲੇ ਦਾ ਹੱਲ ਨਹੀਂ ਹੋਣਾ। ਇਸ ਦੇ ਨਾਲ ਇਹ ਵੀ ਇਲਜ਼ਾਮ ਲਾਏ ਕਿ ਸਟੀਫਨ ਹਾਰਪਰ ਦੀ ਸਰਕਾਰ ਦੌਰਾਨ ਫੰਡਿੰਗ ਵਿੱਚ ਕਟੌਤੀ ਕੀਤੀ ਗਈ ਸੀ, ਜੋ ਵੀ ਇੱਕ ਮੁੱਖ ਕਾਰਨ ਹੈ, ਅਤੇ ਜਿਨ੍ਹਾਂ ਸਖ਼ਤ ਸਜ਼ਾ ਦੇ ਉੱਤੇ ਵਿਚਾਰ ਕਰਨ ਦੀ ਗੱਲ ਵੀ ਕਹੀ। ਇੱਥੇ ਜ਼ਿਕਰਯੋਗ ਹੈ ਕਿ ਪੀਅਰ ਪੋਲੀਐਵ ਵੀ ਲਗਾਤਾਰ ਸਜ਼ਾ ਵਿੱਚ ਸਖ਼ਤੀ ਕਰਨ ਦੀ ਮੰਗ ਕਰਦੇ ਆ ਰਹੇ ਨੇ। ਗੁਰਵਿੰਦਰ ਨਾਥ ਵਰਗੇ ਕਿੰਨੇ ਲੋਕ ਨੇ ਜੋ ਗੱਡੀਆਂ ਲੁੱਟਣ ਵਾਲਿਆਂ ਦੀ ਹਿੰਸਾ ਦੇ ਸ਼ਿਕਾਰ ਹੋਏ ਅਤੇ ਪਰਿਵਾਰ ਨੇ ਆਪਣੇ ਪੁੱਤ ਖੋ ਦਿੱਤੇ। ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਜੋ ਓਂਟੇਰੀਓ ਦੇ ਸ਼ਹਿਰ ਬੈਲਵਿਲ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰਨਾ ਪੈ ਗਿਆ, ਜਿੱਥੇ 2 ਦਿਨ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ 23 ਮਾਮਲੇ ਸਾਹਮਣੇ ਆ ਗਏ। ਮੰਗਲਵਾਰ ਦੀ ਦੁਪਹਿਰ ਨੂੰ 2 ਘੰਟੇ ਦੇ ਸਮੇਂ ਵਿੱਚ ਹੀ 13 ਓਵਰਡੋਜ਼ ਦੇ ਮਾਮਲੇ ਸਾਹਮਣੇ ਆ ਗਏ, ਜਿੱਥੇ ਹੋ ਸਕਦਾ ਹੈ ਕਿ ਜੋ ਨਸ਼ਾ ਸਪਲਾਈ ਹੋਇਆ ਉਹ ਬਹੁਤਾ ਤੇਜ਼ ਸੀ ਜਾਂ ਜ਼ਹਿਰੀਲਾ ਸੀ, ਜਿਸ ਦੇ ਨਾਲ ਇੱਕਦਮ ਕੁਝ ਹੀ ਸਮੇਂ ਵਿੱਚ ਇੰਨੀ ਗਿਣਤੀ 'ਚ ਨਸ਼ਾ ਕਰਨ ਵਾਲਿਆਂ ਦੀ ਓਵਰਡੋਜ਼ ਦੇ ਨਾਲ ਹਾਲਤ ਖਰਾਬ ਹੋ ਗਈ। ਬੈਲਵਿਲ ਵਿੱਚ 55,000 ਦੇ ਕਰੀਬ ਦੀ ਆਬਾਦੀ ਹੈ, ਜਿੱਥੇ ਸਿਟੀ ਨੂੰ ਇੱਕਦਮ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਜੋ ਲੋਕ ਓਵਰਡੋਜ਼ ਹੋਏ ਸਨ ਉਹਨਾਂ ਨੂੰ ਨਲੈਕਸੋਨ ਕਿੱਟ ਦੇ ਨਾਲ ਬਚਾ ਲਿਆ ਗਿਆ। ਨਲੈਕਸੋਨ ਕਿੱਟ ਮੁਫਤ ਮਿਲਦੀ ਹੈ ਅਤੇ ਕਿਸੇ ਵੀ ਫਾਰਮੈਸੀ ਦੇ ਉੱਤੇ ਜਾ ਕੇ ਇਸ ਕਿੱਟ ਨੂੰ ਕੋਈ ਵੀ ਲੈ ਸਕਦਾ ਹੈ, ਅਤੇ ਜੇਕਰ ਤੁਹਾਡੇ ਆਲੇ ਦੁਆਲੇ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਤਾਂ ਇਸ ਕਿੱਟ ਦੀ ਵਰਤੋਂ ਦੇ ਨਾਲ ਤੁਸੀਂ ਉਸਦੀ ਖਰਾਬ ਹਾਲਤ ਵਿੱਚ ਵੀ ਉਸਨੂੰ ਬਚਾ ਸਕਦੇ ਹੋ। ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਕਿੱਟ ਦੇ ਨਾਲ। ਨੱਕ ਦੇ ਰਾਹੀਂ ਦਵਾਈ ਪਾਈ ਜਾਂਦੀ ਹੈ ਅਤੇ ਕਿੱਟ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਦੇ ਬਾਰੇ ਸਾਰੀ ਜਾਣਕਾਰੀ ਔਨਲਾਈਨ ਵੀ ਕਾਫ਼ੀ ਥਾਵਾਂ ਦੇ ਉੱਤੇ ਮੌਜੂਦ ਹੈ ਅਤੇ ਇਸ ਬਾਰੇ ਹਰ ਇੱਕ ਨੂੰ ਪਤਾ ਵੀ ਹੋਣਾ ਜ਼ਰੂਰੀ ਹੈ, ਜਿਸ ਦੇ ਵਾਸਤੇ ਮੁਹਿੰਮ ਵੀ ਵਿੱਢੀ ਜਾਂਦੀ ਹੈ, ਵੱਖ ਵੱਖ ਥਾਵਾਂ ਉੱਤੇ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਕਿਉਂਕਿ ਇਸ ਦੇ ਨਾਲ ਓਵਰਡੋਜ਼ ਹੋਣ ਵਾਲੇ ਵਿਅਕਤੀ ਦੀ ਤੁਰੰਤ ਜਾਨ ਬਚਾਈ ਜਾ ਸਕਦੀ ਹੈ ਅਤੇ ਇਹ ਕਿੱਟਸ ਮੁਫਤ ਦੇ ਵਿੱਚ ਵੀ ਮਿਲਦੀਆਂ ਨੇ। ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਨੋਵਾਸਕੋਸ਼ੀਆ ਵਿੱਚ ਲੰਘੇ ਦਿਨਾਂ ਦੌਰਾਨ ਜੋ ਬਰਫ਼ ਪਈ ਉਸ ਕਰਕੇ ਕਈ ਦਿਨ ਤੋਂ ਲੋਕ ਆਪਣੇ ਘਰਾਂ ਵਿੱਚ ਫਸੇ ਹੋਏ ਨੇ, ਇੱਥੋਂ ਤੱਕ ਕਿ ਕਈ ਖੇਤਰਾਂ ਵਿੱਚ ਬਿਜਲੀ ਤੱਕ ਨਹੀਂ ਆਈ, ਜਿਸ ਕਰਕੇ ਹੋਰ ਵੀ ਪਰੇਸ਼ਾਨੀ ਦਾ ਲੋਕ ਸਾਹਮਣਾ ਕਰ ਰਹੇ ਨੇ। ਵੱਡੇ ਸ਼ਹਿਰਾਂ ਵਿੱਚ ਤਾਂ ਬਰਫ਼ ਹਟਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ, ਪਰ ਛੋਟੇ ਪਿੰਡਾਂ ਵਰਗੀਆਂ ਥਾਵਾਂ ਜਿੱਥੇ ਅਜੇ ਤੱਕ ਕੋਈ ਖਾਸ ਮਦਦ ਨਹੀਂ ਪਹੁੰਚੀ, ਲੋਕ ਪਰੇਸ਼ਾਨੀ ਦੇ ਵਿੱਚ ਨੇ। 150 ਸੈਂਟੀਮੀਟਰ ਤੱਕ ਬਰਫ਼ ਪਈ, ਜਿਸ ਨੂੰ ਸੜਕਾਂ ਤੋਂ ਹਟਾਉਣ ਦੇ ਲਈ ਟੀਮਾਂ ਲੱਗੀਆਂ ਹੋਈਆਂ ਨੇ, ਪਰ ਲੰਘੇ ਵੀਕਐਂਡ ਤੋਂ ਹੁਣ ਅਗਲਾ ਵੀਕਐਂਡ ਨੇੜੇ ਆ ਗਿਆ, ਜ਼ਿਆਦਾ ਕਾਮਯਾਬੀ ਮਿਲਦੀ ਹੋਈ ਕਈ ਖੇਤਰਾਂ ਦੇ ਵਿੱਚ ਦਿਖਾਈ ਨਹੀਂ ਦਿੱਤੀ। ਨੋਵਾਸਕੋਸ਼ੀਆ ਸਰਕਾਰ ਨੇ ਕਿਹਾ ਕਿ ਸੂਬੇ ਵਿੱਚ 1,000 ਤੋਂ ਵੱਧ ਕਾਮੇ 400 ਤੋਂ ਵੱਧ ਮਸ਼ੀਨਾਂ ਲੈ ਕੇ ਲੱਗੇ ਹੋਏ ਨੇ, ਜੋ ਲਗਾਤਾਰ ਲੋਕਾਂ ਨੂੰ ਇਸ ਮੁਸ਼ਕਲ ਦੇ ਵਿੱਚੋਂ ਕੱਢਣ ਦੇ ਲਈ ਕੰਮ ਕਰ ਰਹੇ ਨੇ। ਅਤੇ ਵਿਰੋਧੀ ਧਿਰ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਨੋਵਾਸਕੋਸ਼ੀਆ ਦੇ ਵਿੱਚ ਜੋ 2022 ਦੌਰਾਨ ਤੂਫਾਨ ਆਇਆ ਸੀ ਉਸ ਤੋਂ ਬਾਅਦ ਸੂਬਾ ਸਰਕਾਰ ਨੇ ਅਗਲੀ ਅਜਿਹੀ ਕੁਦਰਤੀ ਆਫ਼ਤ ਦੇ ਲਈ ਤਿਆਰ ਰਹਿਣ ਦੀ ਗੱਲ ਕਹੀ ਸੀ, ਪਰ ਅਜਿਹਾ ਹੋਇਆ ਨਹੀਂ ਅਤੇ ਵੱਡੀ ਗਿਣਤੀ ਲੋਕ ਕਈ ਦਿਨ ਤੋਂ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੇ ਵਿੱਚ ਕਈ ਕੈਂਸਰ ਤੱਕ ਦੇ ਮਰੀਜ਼ ਵੀ ਸ਼ਾਮਲ ਨੇ, ਜੋ ਸਮੇਂ ਸਿਰ ਇਲਾਜ ਕਰਵਾਉਣ ਦੇ ਵਾਸਤੇ ਹਸਪਤਾਲ ਤੱਕ ਪਹੁੰਚ ਨਹੀਂ ਪਾ ਰਹੇ। ਅਗਲੀ ਖਬਰ ਹੈ ਕਿ ਜਿਵੇਂ ਹੀ ਦਿਨ ਛਿਪਣਾ ਸ਼ੁਰੂ ਹੁੰਦਾ ਹੈ ਵੈਨਕੂਵਰ ਡਾਊਨਟਾਊਨ ਵਿੱਚ ਚੂਹਿਆਂ ਦੀ ਭਰਮਾਰ ਦੇਖੀ ਜਾ ਸਕਦੀ ਹੈ। ਬਰਾਡ ਸਕਾਈਟ੍ਰੇਨ ਸਟੇਸ਼ਨ ਦੇ ਉੱਤੇ ਖਾਸ ਤੌਰ 'ਤੇ ਯਾਤਰੀਆਂ ਕੋਲੋਂ ਲੰਘਦੇ ਵੱਡੀ ਗਿਣਤੀ ਚੂਹੇ ਦੇਖੇ ਜਾ ਸਕਦੇ ਨੇ, ਜੋ ਪੌੜੀਆਂ ਤੋਂ ਲੈ ਕੇ ਸਟੇਸ਼ਨ ਦੇ ਬਾਹਰ ਸੜਕਾਂ ਦੇ ਦੁਆਲੇ ਵੀ ਫਿਰਦੇ ਨੇ, ਜਿਸ ਪਿੱਛੇ 2 ਮੁੱਖ ਕਾਰਨ ਇਸ ਸਮੇਂ ਦੱਸੇ ਜਾ ਰਹੇ ਨੇ। ਪਹਿਲਾ ਇਹ ਹੈ ਕਿ ਇਸ ਵਾਰ ਸਰਦੀ ਜ਼ਿਆਦਾ ਨਹੀਂ ਪੈ ਰਹੀ ਵੈਨਕੂਵਰ ਦੇ ਵਿੱਚ, ਅਤੇ ਦੂਜਾ ਇਹ ਹੈ ਕਿ ਚੂਹਿਆਂ ਦੀ
ਜੋ ਜ਼ਹਿਰ ਹੈ ਜੋ ਉਹਨਾਂ ਵਾਸਤੇ ਦਵਾਈ ਰੱਖੀ ਜਾਂਦੀ ਸੀ ਸੂਬੇ ਨੇ ਉਸ ਉੱਤੇ ਬੈਨ ਲਾ ਦਿੱਤਾ। ਪੈਸਟ ਕੰਟਰੋਲ ਕੰਪਨੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਵੀ ਜ਼ਿਆਦਾ ਆਉਣ ਲੱਗ ਪਈਆਂ ਨੇ ਅਤੇ ਪਹਿਲਾਂ ਕਦੀ ਇੰਨੀ ਵੱਡੀ ਗਿਣਤੀ ਵਿੱਚ ਚੂਹੇ ਇਸ ਖੇਤਰ ਵਿੱਚ ਨਹੀਂ ਸੀ ਦੇਖੇ ਗਏ। ਪਿਛਲੇ 18 ਮਹੀਨੇ ਦੇ ਵਿੱਚ ਹੀ ਪੈਸਟ ਕੰਟਰੋਲ ਦੇ ਲਈ ਚੂਹਿਆਂ ਲਈ ਲੋਕਾਂ ਦੀਆਂ ਸ਼ਿਕਾਇਤਾਂ ਵਿੱਚ ਕਰੀਬ 40% ਤੱਕ ਦਾ ਵਾਧਾ ਦਰਜ ਕੀਤਾ ਗਿਆ। ਜਨਵਰੀ 2023 ਵਿੱਚ ਸੂਬੇ ਨੇ ਚੂਹਿਆਂ ਨੂੰ ਮਾਰਨ ਦੇ ਲਈ ਵਰਤੀ ਜਾਂਦੀ ਖਾਸ ਜੋ ਜ਼ਹਿਰ ਹੈ ਉਹ ਬੈਨ ਕਰ ਦਿੱਤੀ ਸੀ, ਕਿਉਂਕਿ ਜੋ ਪੰਛੀ ਜਾਂ ਹੋਰ ਜਾਨਵਰ ਉਸ ਜ਼ਹਿਰ ਨਾਲ ਲੈਸ ਚੂਹੇ ਨੂੰ ਖਾ ਲੈਂਦੇ ਸਨ ਉਹਨਾਂ ਦੀ ਵੀ ਜਾਨ ਖਤਰੇ ਵਿੱਚ ਪੈ ਜਾਂਦੀ ਸੀ ਅਤੇ ਜਿਸ ਦੇ ਨਾਲ ਬੱਚਿਆਂ ਸਮੇਤ ਪਾਲਤੂ ਜਾਨਵਰਾਂ ਦੇ ਲਈ ਵੀ ਖਤਰਾ ਬਣ ਜਾਂਦਾ ਸੀ। ਅਤੇ ਇਸ ਤੋਂ ਬਾਅਦ ਹੀ ਮੈਟਰੋ ਵੈਨਕੂਵਰ ਵਿੱਚ ਚੂਹਿਆਂ ਦੀ ਆਬਾਦੀ ਵੀ ਵੱਧ ਗਈ ਹੈ ਅਤੇ ਜਿਸ ਵਾਸਤੇ ਇਸ ਸਮੇਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਮੁੜ ਤੋਂ ਉਸ ਜ਼ਹਿਰ ਨੂੰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਚੂਹਿਆਂ ਦੀ ਵਧੀ ਹੋਈ ਇਸ ਆਬਾਦੀ ਨੂੰ ਘੱਟ ਕੀਤਾ ਜਾ ਸਕੇ, ਜਿਸ ਤੋਂ ਕਈ ਲੋਕ ਪਰੇਸ਼ਾਨੀ ਦੇ ਵਿੱਚ ਨੇ। ਇਸ ਦੇ ਨਾਲ ਹੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।